ਨਮਸਕਾਰ ਜੀ, ਸਵਾਗਤ ਹੈ ਸਾਰਿਆਂ ਦਾ। ਸੈਕਿੰਡ ਕੁਐਸਚਨ ਕਹਿੰਦਾ ਏ ਬਾਈਨਰੀ, ਏ ਬਾਈਨਰੀ ਰਿਲੇਸ਼ਨ ਆਰ ਓਨ ਦੀ ਐਨ ਇਨ ਟੂ ਐਨ ਕਾਰਟੀਜ਼ਨ ਇਜ ਡਿਫਾਈਨ ਆਫ ਲਵਿੰਗ ਏ ਬੀ ਰਿਲੇਸ਼ਨ ਸੀ ਡੀ। ਦੇਖੀਏ, ਕੋਈ ਸੈੱਟ ਏ ਬੀ ਹੈ ਰਿਲੇਸ਼ਨ ਕਿਸਕੇ ਸਾਥ, ਸੀ ਡੀ ਕੇ ਸਾਥ, ਹੈ ਨਾ। ਕਹਿੰਦਾ ਇਫ ਏ ਲੈਸ ਦੈਨ ਔਰ ਇਕੁਅਲ, ਹੈ ਨਾ, ਔਰ ਬੀ ਲੈਸ ਦੈਨ ਇਕੁਅਲ ਕਿਆ ਹੈ ਡੀ। ਕਹਿੰਦਾ ਕੰਸੀਡਰ ਦੀ ਫੋਲੋਇੰਗ ਪ੍ਰੋਪੋਜੀਸ਼ਨਸ, ਨੀਚੇ ਬਤਾਉਣਾ ਕਿ ਵੀ ਪੀ ਜੋ ਹੈ ਕਿਆ ਉਹ ਰਿਫਲੈਕਸਿਵ ਹੈ, ਆਰ ਕਿਆ ਹੈ ਕੋ ਟ੍ਰਾਂਜਿਟਿਵ ਹੈ, ਵਿੱਚ ਵਨ ਆਫ ਦੀ ਫੋਲੋਇੰਗ ਸਟੇਟਮੈਂਟ ਕਿਆ ਹੈ ਟਰੂ ਹੈ, ਇਹ ਬਤਾਉਣੀ ਆਪਾਂ ਨੇ। ਦੇਖੀਏ ਕਿਆ ਹੁੰਦਾ ਹੈ ਕਿ ਇਹਨਾਂ ਨੇ ਹਮਾਰੇ ਕੋ ਯਾਨੀ ਕਿ ਦੋ ਸੈੱਟ ਦੇ ਰੱਖੇ ਹੈ, ਠੀਕ ਹੈ, ਔਰ ਬੀਚ ਮੈਂ ਬਲੀ ਬਣਤੀ ਆਪ ਇਸੇ ਵੀ ਮਤਲਬ ਕਿ ਨੋਨ ਹੋ ਬਿਲਕੁਲ ਹੀ ਕਿਸੇ ਨੋਨ ਹੈ ਕਿ ਔਰ ਓਪਰੇਟਰ, ਔਰ ਕਿਆ ਹੋਤਾ ਜਬ ਵਨ ਕੰਡੀਸ਼ਨ ਕਿਆ ਹੋਤੀ ਹੈ ਟਰੂ ਹੋਤੀ ਹੈ, ਲਾਈਕ ਪਾਂਚ ਛੇ ਸੇ ਬੜਾ ਹੈ ਨਹੀਂ, ਔਰ ਕਿਆ ਪਾਂਚ ਤਿੰਨ ਸੇ ਬੜਾ ਹੈ, ਹਾਂ ਬੜਾ ਹੈ ਜੀ, ਹੈ ਨਾ। ਤੋ ਵਨ ਕੰਡੀਸ਼ਨ ਕਿਆ ਹੈ ਟਰੂ, ਤੋ ਇਹ ਕਿਸ ਕੋ ਮਤਲਬ ਕਿ ਰੀਪ੍ਰਜੈਂਟ ਕਰ ਰਹੀ ਹੈ ਕੰਡੀਸ਼ਨ ਕੋ, ਔਰ ਓਪਰੇਟਰ ਕੋ, ਹੈ ਨਾ। ਔਰ ਕੀ ਬਾਤ ਹੋਈ ਹੈ, ਹਮ ਕੋਈ ਕੰਡੀਸ਼ਨ ਜਾਂ ਫਿਰ ਕੋਈ ਐਗਜ਼ਾਮਪਲ ਲੈ ਲੈਤੇ ਹੈ, ਜੈਸੇ ਕਿ ਪਹਿਲੇ ਤੋਂ ਕਿ ਇਸਨੇ ਏ ਔਰ ਬੀ ਬੋਲਾ ਹੈ, ਠੀਕ ਹੈ, ਇਹ ਏ ਹੈ ਕੋਈ ਬੀ ਹੈ, ਕੋਈ ਇਨਕਾ ਪੇਅਰ ਬਣ ਰਿਹਾ ਹੈ, ਇਸਕਾ ਪੇਅਰ ਕੈਸੇ ਬਣੇਗਾ, ਔਰ ਬੀ ਕੋਈ ਅਦਰ ਹੈ ਇਸਕਾ ਪੇਅਰ ਕੈਸੇ ਬਣੇਗਾ, ਹੈ ਨਾ। ਪਲੱਸ ਮੈਂ ਕੰਡੀਸ਼ਨ ਕਿਆ ਬਤਾ ਰਹੀ ਹੈ ਕਿ ਏ ਇਜ਼ ਲੈਸ ਦੈਨ ਇਜ਼ ਇਕੁਅਲ ਟੂ ਸੀ, ਬੀ ਲੈਸ ਦੈਨ ਇਕੁਅਲ ਟੂ ਡੀ, ਕੁਛ ਏ ਕੇ ਅੰਦਰ ਆਪਾਂ ਐਲੀਮੈਂਟ ਲੈ ਲੈਤੇ ਹੈ ਲਾਈਕ ਵਨ ਟੂ ਔਰ ਥ੍ਰੀ ਕੋਮਾ ਫੋਰ, ਹੈ ਨਾ। ਕਿਆ ਇਹ ਰਿਲੇਸ਼ਨ ਮੈਂ ਆਤੇ ਹੈ, ਹਾਂ ਉਸੇ ਬਿਲੋਂਗ ਕਰਤੇ ਹੈ, ਹਾਓ ਕੈਸੇ, ਦੇਖੀਏ ਏ ਹੈ ਔਰ ਇਹ ਕਿਆ ਹੈ ਪੀ, ਠੀਕ ਹੈ। ਕੰਡੀਸ਼ਨ ਮੈਂ ਕਿਹਾ ਥਾ ਕਿ ਏ ਲੈਸ ਦੈਨ ਕਿਸ ਸੇ ਬਤਾ ਰੱਖਾ ਹੈ ਸੀ ਸੇ, ਏ ਕੇ ਅੰਦਰ ਕਿਆ ਵਨ ਹੈ, ਲੈਸ ਦੈਨ ਇਜ਼ ਇਕੁਅਲ ਕਿਸ ਸੇ ਸੀ ਸੇ, ਸੋਰੀ ਹਾਂ ਸੀ ਸੇ, ਠੀਕ ਹੈ, ਕਿਉਂਕਿ ਏ ਬੀ ਸੀ ਡੀ ਹੈ ਨਾ, ਇਹ ਏ ਹੈ, ਸੀ ਕੇ ਅੰਦਰ ਕਿਆ ਥ੍ਰੀ, ਹਾਂ ਬਾਈ ਟਰੂ ਹੈ, ਔਰ ਕਿਆ ਟੂ ਲੈਸ ਦੈਨ ਕਿਸ ਸੇ ਹੈ ਫੋਰ ਸੇ, ਹਾਂ ਇਹ ਵੀ ਕਿਆ ਹੈ ਟਰੂ ਹੈ। ਇਹ ਕਿਸ ਮੈਂ ਆਤੇ ਯਾਨੀ ਕਿ ਰਿਲੇਸ਼ਨ ਮੈਂ ਆਤੇ ਹੈ ਬਿਲੋਂਗ ਕਰਤੇ ਹੈ। ਅਗਰ ਇਨਕਾ ਮੈਂ ਰਿਵਰਸ ਕਰ ਦੂੰ, ਰਿਵਰਸ ਲਾਈਕ ਥ੍ਰੀ ਕੋਮਾ ਫੋਰ ਹੈ ਨਾ, ਵਨ ਕੋਮਾ ਟੂ, ਕਿਆ ਇਹ ਰਿਲੇਸ਼ਨ ਮੈਂ ਆਤੇ ਹੈ ਥ੍ਰੀ, ਕਿਆ ਇਸ ਸੇ ਲੈਸ ਹੈ ਵਨ ਸੇ, ਕਿਆ ਇਕੁਅਲ ਹੈ ਨਹੀਂ, ਔਰ ਕਿਆ ਬੀ ਡੀ ਸੇ ਕਮ ਹੈ ਲੈਸ ਹੈ ਨਹੀਂ, ਤਾਂ ਮਤਲਬ ਇਹ ਰਿਲੇਸ਼ਨ ਮੈਂ ਨਹੀਂ ਆਤੇ, ਹੈ ਨਾ ਜੀ, ਠੀਕ ਹੈ ਨਾ ਜੀ। ਤੋ ਕਿਆ ਮੰਨੇ ਜੀ, ਇਸਕੋ ਇਹਨਾਂ ਨੂੰ ਪੁੱਛਿਆ ਕਿ ਵਿੱਚ ਵਨ ਆਫ ਦੀ ਫੋਲੋਇੰਗ ਸਟੇਟਮੈਂਟ ਕਿਆ ਟਰੂ ਹੈ, ਤੋ ਪੁੱਛ ਰਿਹਾ ਵੀ ਬੋਥ ਕਿਆ ਟਰੂ ਹੈ, ਤੋ ਅੱਗੇ ਪੁੱਛ ਰਿਹਾ ਕਿਆ ਪੀ ਟਰੂ ਹੈ ਐਂਡ ਕਿਉਂ ਕਿਆ ਫੋਲਸ ਹੈ, ਕਿਆ ਪੀ ਫੋਲਸ ਹੈ ਕਿਉਂ ਕਿਆ ਟਰੂ ਹੈ, ਜਾਂ ਦੋਨੋਂ ਦੋਨੋਂ ਫੋਲਸ ਹੈ ਜੀ, ਠੀਕ ਹੈ ਜੀ, ਅਸੀਂ ਇਹ ਪਤਾ ਕਰਨਾ। ਚਲੋ ਦੇਖਦੇ ਹਾਂ ਜੀ, ਹਮ ਐਗਜ਼ਾਮਪਲ ਹੋਰ ਲੈ ਲੈਤੇ ਹੈ, ਲਾਈਕ ਕਿ ਟ੍ਰਾਂਜਿਟਿਵ ਜੋ ਦੇ ਰੱਖਿਆ ਇਹਨਾਂ ਨੇ, ਟ੍ਰਾਂਜਿਟਿਵ ਥੋੜ੍ਹਾ ਇਸਕੇ ਉੱਪਰ ਚਰਚਾ ਲੈਤੇ ਆਪਾਂ, ਕਿਆ ਕਿ ਕੋਈ ਵੀ ਮੰਨ ਲੈਤੇ ਹੈ ਕਿ ਆਪਕੇ ਪਾਸ ਐਲੀਮੈਂਟਸ ਹੈ ਫਾਈਵ ਸਿਕਸ ਔਰ ਸਿਕਸ ਥ੍ਰੀ, ਠੀਕ ਹੈ, ਰਿਲੇਸ਼ਨ ਮੈਂ ਹੈ, ਕਿਆ ਸਿਕਸ ਥ੍ਰੀ ਟੂ ਕੋਮਾ ਫੋਰ ਰਿਲੇਸ਼ਨ ਮੈਂ ਹੈ, ਠੀਕ ਹੈ। ਲੇਕਿਨ ਟ੍ਰਾਂਜਿਟਿਵਿਟੀ ਚੈੱਕ ਕਰਨ ਲਈ ਕਿਆ ਕਰਤੇ ਆਪਾਂ, ਦੇਖੀਏ ਪਾਂਚ ਛੇ ਸੇ ਛੋਟਾ ਹੈ, ਹਾਂ ਪਾਂਚ ਛੇ ਸੇ ਲੈਸ ਹੈ, ਕਿਆ ਸਿਕਸ ਥ੍ਰੀ ਸੇ ਛੋਟਾ ਹੈ ਨਹੀਂ, ਇਹ ਵਾਲੀ ਗਲਤ ਹੋ ਗਈ, ਲੇਕਿਨ ਬੀਚ ਮੈਂ ਓਪਰੇਟਰ ਕੋਲ ਸਾ ਔਰ ਹੈ ਤੋ ਕੰਡੀਸ਼ਨ ਟਰੂ ਹੈ, ਇਹ ਬਾਤ ਚਲੀ ਹੈ ਨਾ। ਕਿਆ ਸਿਕਸ ਟੂ ਸੇ ਛੋਟਾ ਹੈ ਨਹੀਂ, ਕਿਆ ਥ੍ਰੀ ਫੋਰ ਸੇ ਛੋਟਾ, ਹਾਂ ਇਹ ਰਿਲੇਸ਼ਨ ਮੈਂ ਆਤੇ ਹੈ, ਮਤਲਬ ਔਰ ਓਪਰੇਟਰ ਹੈ ਨਾ ਵਿੱਚ ਮੈਂ, ਇਹ ਕੰਡੀਸ਼ਨ ਤਾਂ ਟਰੂ ਕਰ ਰਹੀ ਹੈ, ਲੇਕਿਨ ਟ੍ਰਾਂਜਿਟਿਵਿਟੀ ਕਿਆ ਕਹਿਤੀ ਹੈ ਆਪਕੋ, ਹਾਂਜੀ ਟ੍ਰਾਂਜਿਟਿਵਿਟੀ ਕਿਆ ਕਹਿਤੀ ਹੈ ਕਿ ਰਿਲੇਸ਼ਨ ਤੋਂ ਇਹ ਬਾਤ ਤੋਂ ਠੀਕ ਹੈ ਵੀ ਏ ਔਰ ਬੀ ਵਾਲੀ ਔਰ ਓਪਰੇਟਰ, ਟ੍ਰਾਂਜਿਟਿਵਿਟੀ ਇਹ ਕਹਿਤੀ ਹੈ
फाइव पहले वाला ले लिया एलिमेंट, अपन दूसरे वाला सेट का टू फोर ले लिया, क्या फाइव टू से छोटा है, इक्वलेंट है? नहीं। चलो सी और बी और डी, क्या सिक्स लेस देन इक्वल टू फोर है? नहीं। तो रिलेशन से क्या हो गया, बाहर, मतलब ये ट्रांजिटिव नहीं है, तो हम बोथ पी क्यू आर ट्रू नहीं कह सकते, है ना। हम क्या करेंगे, मतलब क्या है कि जो ट्रांजिटिविटी है वो नहीं है, आर क्या है, रिफ्लेक्सिव है, आर क्या ट्रांजिटिव है, वही ये ट्रांजिटिव नहीं है, है ना। पी क्या रिफ्लेक्सिव हो सकता है, हाँ, लेकिन वो ट्रांजिटिव नहीं है, है ना। ठीक है जी, क्योंकि आर के अंदर क्या पूछ रखा है, ट्रांजिटिव। पी तो क्या ट्रू है, हमने सारा करके देख ही लिया, और ऑपरेटर के साथ क्लियर हो रहा है, लेकिन जब ट्रांजिटिविटी करते हैं, ठीक है, ए बी सी और डी की, लेकिन वहाँ पर ये फेल हो जाता है, तो ये क्या आएगा, बी वाला क्लियर है ना। कहता पी इज फॉल्स, फॉल्स कहते हैं पी, अभी हमने अभी प्रूव किया है, ठीक है। एंड क्यू इज ट्रू, क्यू भी हमने यहाँ पर देख लिया, ट्रांजिटिविटी वाला, ये तो फेल हो गया था। कहता बोथ फॉल्स है, नहीं, बोथ फॉल्स कैसे, हमने अभी पी को निकाला, ये ट्रू है, ठीक है जी। हाँ जी, इतना ही था जी।